ਦੇ ਦੇਖੋ ਸਭ ਤੋਂ ਪਹਿਲਾਂ ਜਿਹੜੀਆਂ ਦੋ ਤਿੰਨ ਮੁੜਲੀਆਂ ਗੱਲਾਂ ਇਹਦੇ ਚ ਇਹ ਆ ਐਡਾ ਹਿਊਜ ਅਮਾਉਂਟ ਤੇ ਜਿਹੜੇ ਸਿਕਿਉਰਟੀ ਗਾਰਡ ਡੇ ਟਾਈਮ ਵੀ ਡਿਊਟੀ ਦਿੱਤੀ ਸੀ ਕਹਿੰਦੇ ਉਹਨਾਂ ਨੇ ਤੇ ਉਹ ਗਾਰਡਾਂ ਦੀ ਡਿਊਟੀ ਐਕਸਟੈਂਡ ਹੋ ਕੇ ਰਾਤ ਦੀ ਡਿਊਟੀ ਵੀ ਦੇ ਰਹੇ ਆ ਤੇ ਦੋ ਵੈਪਨ ਵੀ ਆ ਉਹਨਾਂ ਕੋਲੇ ਵੈਪਨ ਵਾਲਾ ਬੰਦਾ ਰੈਕਟ ਨਹੀਂ ਕਰ ਪਾਇਆ ਕੈਸ਼ ਨੂੰ ਕੈਸ਼ ਚੈਸਟਰ ਦੇ ਵਿੱਚ ਰੱਖਣ ਦੀ ਬਜਾਏ ਫ੍ਰੀ ਫਲੋ ਦੇ ਵਿੱਚ ਰੱਖਿਆ ਹੋਇਆ ਵੇ ਤੇ ਉਹਦੀ ਉਹ ਤੋਂ علاوہ ਫਿਰ 1:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ 1:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤੇ ਲਗਭਗ 7 ਵਜੇ ਡਰਦੇ ਬੰਦੇ ਜਦ ਕਿ ਦਿਨ ਵੀ ਜੇ ਘੜੀਆਂ ਉਹਨਾਂ ਦੇ ਕੋਲੇ ਐ ਦੱਸਿਆ ਵੀ ਮੋਬਾਈਲ ਸਾਡੇ ਤੋੜ ਕੇ ਉੱਥੇ ਸਿੱਟ ਤੇ ਘੜੀਆਂ ਉਹਨਾਂ ਦੇ ਕੋਲ ਐ ਤੇ ਉਹ 7 ਵਜੇ ਦੇ ਕਰੀਬ ਕਹਿੰਦੇ ਦਰਵਾਜ਼ਾ ਤੋੜ ਕੇ ਅਸੀਂ ਬਾਹਰ ਆਏ ਆ ਤੇ ਫਿਰ ਅਸੀਂ ਉਹਨੂੰ ਦੱਸਿਆ ਅਸੀਂ ਹਰ ਐਂਗਲ ਤੋਂ ਕਿਉਂਕਿ ਇਹਦੇ ਵਿੱਚ ਇਹਨਾਂ ਦੇ ਕਈ ਸੈਂਸਰ ਲੱਗੇ ਹੋਏ ਆ ਸੈਂਸਰਸ ਨੂੰ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੂੰ ਜਿਵੇਂ ਪਤਾ ਹੈ ਸੈਂਸਰ ਸੈਂਸਰ ਨੂੰ ਕੱਟ ਕੇ ਤਾਰ ਕੱਟ ਦਿੱਤੀ ਗਈ ਹੈ ਡੀਵੀਆਰ ਆ ਉਹਦੀ ਨਾਲ ਲੱਗੇ ਆ ਤੇ ਇਹਦਾ ਇਹਦਾ ਮਤਲਬ ਜਿਹੜੀ ਕਿੱਥੇ ਸੈਂਸਰ ਲੱਗੇ ਆ ਕਿੱਥੇ ਸੀਸੀਟੀਵੀ ਕੈਮਰਾ ਲੱਗਿਆ ਤੇ ਡੀਵੀਆਰ ਕਿੱਥੇ ਪਈ ਹੈ ਉਹ ਪਤਾ ਤੇ ਹੁਣ ਇਹਦੇ ਵਿੱਚ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰ ਇਹਨੂੰ ਮੁਢਲੇ ਤੌਰ ਤੇ ਮੋٹے ਤੌਰ ਤੇ ਕ੍ਰਾਈਮ ਅਸੀਂ ਟ੍ਰੇਸ ਕਰਾਂਗੇ ਜੇ ਬਾਕੀ ਕੀ ਇਸ ਇਸ ਹੋਇਆ ਇਹ ਵੀ ਟ੍ਰੇਸ ਕਰ ਲਾਂਗੇ ਪਰ ਪਰ ਜਿਹੜੀ ਮੇਨ ਵੱਡੀ ਗੱਲ ਹੈ ਮੁਢਲੇ ਤੌਰ ਤੇ ਇਹ ਗੱਲ ਕਹਿ ਸਕਦਾ ਇੱਕ ਬਹੁਤ ਹੀ ਮਤਲਬ ਅੰਗੈਲੀ ਅੰਗੈਲੀ ਵੀ ਉਸ ਲੈਵਲ ਦੇ ਵੀ ਜੇ ਤੁਸੀਂ ਆਪਦੀ ਚੀਜ਼ ਨੂੰ ਆਪਦੀ ਸੁਰੱਖਿਆ ਨਹੀਂ ਕਰ ਸਕਦੇ ਆਪਦੀ ਸਿਕਿਉਰਿਟੀ ਨਹੀਂ ਉਹ ਕਰ ਸਕਦੇਗੇ ਫਿਰ ਅਲਟੀਮੇਟਲੀ ਇਹ ਵਕਤ ਹੈ ਜਿਹੜਾ ਉਹਨੂੰ ਪਾ ਕੇ ਪੁਲਿਸ ਨੂੰ ਵੀ ਇਹਦੇ ਚ ਸਾਡਾ ਕੈਸ਼ ਲੱਗੇ ਜੀ ਉਹ ਹੋਗੇ ਪਰ ਅਸੀਂ ਇਹਨੂੰ ਕੇਸ ਕੇਸ ਨੂੰ ਜਿਵੇਂ ਬਾਕੀ ਕੇਸ ਸਟ੍ਰੈਸ ਕੀਤੇ ਆ ਸਾਰੇ ਪਾਸੋਂ ਸਾਡੀਆਂ ਵੱਖ-ਵੱਖ ਪੁਲਿਸ ਡਿਪਾਰਟਮੈਂਟ ਦੇ ਵਿੰਗਸ ਐ ਸਵੇਰ ਤੋਂ ਹਾਜ਼ਰ ਆ ਇਹਦੇ ਵਿੱਚ ਵਰਕ ਕਰ ਰਹੇ ਆ ਦੇਖੋ ਸਭ ਤੋਂ ਪਹਿਲਾਂ ਜਿਹੜੀਆਂ ਦੋ ਤਿੰਨ ਮੁੜਲੀਆਂ ਗੱਲਾਂ ਇਹਦੇ 'ਚ ਇਹ ਐ ਐਡਾ ਹਿਊਜ ਅਮਾਊਂਟ ਤੇ ਜਿਹੜੇ ਸਿਕਿਉਰਟੀ ਗਾਰਡ ਡੇ ਟਾਈਮ ਵੀ ਡਿਊਟੀ ਦਿੱਤੀ ਸੀ ਕਹਿੰਦੇ ਉਹਨਾਂ ਨੇ ਤੇ ਉਹ ਗਾਰਡਾਂ ਦੀ ਡਿਊਟੀ ਐਕਸਟੈਂਡ ਹੋ ਕੇ ਰਾਤ ਦੀ ਡਿਊਟੀ ਵੀ ਦੇ ਰਹੇ ਆ ਤੇ ਦੋ ਵੈਪਨ ਵੀ ਐ ਉਹਨਾਂ ਕੋਲੇ ਵੈਪਨ ਵਾਲਾ ਬੰਦਾ ਰੈਕਟ ਨਹੀਂ ਕਰ ਪਾਇਆ ਕੈਸ਼ ਨੂੰ ਕੈਸ਼ ਚੈਸਟਰ ਦੇ ਵਿੱਚ ਰੱਖਣ ਦੀ ਬਜਾਏ ਫ੍ਰੀ ਫਲੋ ਦੇ ਵਿੱਚ ਰੱਖਿਆ ਹੋਇਆ ਤੇ ਉਹਦੀ ਉਹ ਤੋਂ ਇਲਾਵਾ ਫਿਰ 1.5 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ 1.5 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤੇ ਲਗਭਗ 7 ਵਜੇ ਡਰਦੇ ਬੰਦੇ ਜਦ ਕਿ ਦਿਨ ਵੀ ਜੇ ਘੜੀਆਂ ਉਹਨਾਂ ਦੇ ਕੋਲੇ ਐ ਦੱਸਿਆ ਵੀ ਮੋਬਾਈਲ ਸਾਡੇ ਤੋੜ ਕੇ ਉੱਥੇ ਸਿੱਟ ਤੇ ਘੜੀਆਂ ਉਹਨਾਂ ਦੇ ਕੋਲ ਐ ਤੇ ਉਹ 7 ਵਜੇ ਦੇ ਕਰੀਬ ਕਹਿੰਦੇ ਦਰਵਾਜ਼ਾ ਤੋੜ ਕੇ ਅਸੀਂ ਬਾਹਰ ਆਏ ਆ ਤੇ ਫਿਰ ਅਸੀਂ ਉਹਨੂੰ ਦੱਸਿਆ ਅਸੀਂ ਹਰ ਐਂਗਲ ਤੋਂ ਕਿਉਂਕਿ ਇਹਦੇ ਵਿੱਚ ਇਹਨਾਂ ਦੇ ਕਈ ਸੈਂਸਰ ਲੱਗੇ ਹੋਏ ਆ ਸੈਂਸਰ ਨੂੰ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੂੰ ਜਿਵੇਂ ਪਤਾ ਸੈਂਸਰ ਸੈਂਸਰ ਨੂੰ ਕੱਟ ਕੇ ਤਾਰ ਕੱਟ ਦਿੱਤੀ ਗਈ ਹੈ ਡੀਵੀਆਰ ਆ ਉਹਦੀ ਨਾਲ ਲੱਗੇ ਆ ਤੇ ਇਹਦਾ ਇਹਦਾ ਮਤਲਬ ਜਿਹੜੀ ਕਿੱਥੇ ਸੈਂਸਰ ਲੱਗੇ ਆ ਕਿੱਥੇ ਸੀਸੀਟੀਵੀ ਕੈਮਰਾ ਲੱਗਿਆ ਤੇ ਡੀਵੀਆਰ ਕਿੱਥੇ ਪਈ ਹੈ ਉਹ ਪਤਾ ਤੇ ਹੁਣ ਇਹਦੇ ਵਿੱਚ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰ ਇਹਨੂੰ ਮੁਢਲੇ ਤੌਰ ਤੇ ਮੋٹے ਤੌਰ ਤੇ ਕ੍ਰਾਈਮ ਅਸੀਂ ਟ੍ਰੇਸ ਕਰਾਂਗੇ ਜੇ ਬਾਕੀ ਕੇਸਿਸ ਹੋਇਆ ਇਹ ਵੀ ਟ੍ਰੇਸ ਕਰ ਲਾਂਗੇ ਪਰ ਪਰ ਜਿਹੜੀ ਮੇਨ ਵੱਡੀ ਗੱਲ ਹੈ ਮੁਢਲੇ ਤੌਰ ਤੇ ਇਹ ਗੱਲ ਕਹਿ ਸਕਦਾ ਇੱਕ ਬਹੁਤ ਹੀ ਮਤਲਬ ਅੰਗੈਲੀ ਅੰਗੈਲੀ ਵੀ ਉਸ ਲੈਵਲ ਦੀ ਵੀ ਜੇ ਤੁਸੀਂ ਆਪਦੀ ਚੀਜ਼ ਨੂੰ ਆਪਦੀ ਸੁਰੱਖਿਆ ਨਹੀਂ ਕਰ ਸਕਦੇ ਆਪਦੀ ਸਿਕਿਉਰਟੀ ਨਹੀਂ ਉਹ ਕਰ ਸਕਦੇਗੇ ਫਿਰ ਅਲਟੀਮੇਟਲੀ ਇਹ ਵਕਤ ਹੈ ਜਿਹੜਾ ਉਹਨੂੰ ਪਾ ਕੇ ਪੁਲਿਸ ਨੂੰ ਵੀ ਇਹਦੇ ਚ ਸਾਡਾ ਕੈਸ਼ ਲੈ ਗਏ ਜੀ ਉਹ ਹੋ ਗਏ ਪਰ ਅਸੀਂ ਇਹਨੂੰ ਕੇਸ ਕੇਸ ਨੂੰ ਜਿਵੇਂ ਬਾਕੀ ਕੇਸ ਸਟ੍ਰੈਸ ਕੀਤੇ ਆ ਸਾਰੇ ਪਾਸੋਂ ਸਾਡੀਆਂ ਵੱਖ-ਵੱਖ ਪੁਲਿਸ ਡਿਪਾਰਟਮੈਂਟ ਦੇ ਵਿੰਗਸ ਐ ਸਫੇਰ ਤੋਂ ਹਾਜ਼ਰ ਆ ਇਹਦੇ ਵਿੱਚ ਵਰਕ ਕਰ ਰਹੇ ਆ